हजे काबू पाया जा रहे थे, पर जे लोग ना साथ दे तो प्रशासन अपने वालों पूरा फेल सी। हर गेट वाले लेट लेट आए ने, कल धरना दे के नहीं आ, पर सुनते नहीं आ। इन्होंने चाहिए वा कि हूँ अकल आ जाए, वह भी कोई हादसा होने तो बाद ही प्रशासन जागता वा। ਮੁਹੱਲਾ ਵਾਸੀਆਂ ਨੇ ਰਲ ਕੇ ਸਾਥ ਅੱਗ ਨੂੰ ਕਾਬੂ ਪਾਉਣ ਚ ਯੋਗਦਾਨ ਪਾਤਾ। ਜੇ ਰਾਤ ਹੋਰ ਹੋ ਜਾਂਦੀ, ਲੋਕੀ ਇੱਥੇ ਨਾ ਹੁੰਦੇ ਤਾਂ ਫਿਰ ਇਸ ਅੱਗ ਨੂੰ ਕਿੱਦਾਂ ਕਾਬੂ ਪਾਇਆ ਜਾ ਸਕਦਾ ਸੀ। ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਜੇ ਕੱਲ ਧਰਨਾ ਦੇ ਕੇ ਹਟੇ ਆ ਕਿ ਪਾਣੀ ਚੱਕਰੀ ਵਿੱਚ ਦਿੱਤਾ ਜਾਵੇ, ਪਰ ਇਹ ਸੁਣਦੇ ਨਹੀਂ ਆ। ਇਹਨਾਂ ਨੂੰ ਚਾਹੀਦਾ ਵਾ ਕਿ ਹੁਣ ਅਕਲ ਆ ਜੇ, ਵਹਿ ਵੀ ਕੋਈ ਹਾਦਸਾ ਹੋਣ ਤੋਂ ਬਾਅਦ ਹੀ ਪ੍ਰਸ਼ਾਸਨ ਜਾਗਦਾ ਵਾ। ਇਹ ਬਟਾਲੇ ਦੀ ਪੁਰਾਣੀ ਫਿਤਰਤ ਆ। ਇਸ ਕਰਕੇ ਹੁਣ ਸਮਾਂ ਰਹਿਤੇ ਰਹਿੰਦੇ ਦੁਬਾਰਾ ਜਲਦੀ ਤੋਂ ਜਲਦੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਿ ਆਉਣ ਵਾਲੇ ਕੋਈ ਵੀ ਅਸੁਖਾਨੀ ਘਟਨਾ ਨਾ ਵਾਪਰ ਸਕੇ। ਕਾਨਾ ਸ਼ਹਿਰ ਦੇ ਵਿੱਚ ਮੇਨ ਬਾਜ਼ਾਰ ਦੇ ਵਿੱਚ ਹੈ, ਚੱਕਰੀ ਬਾਜ਼ਾਰ 'ਚ। ਕਰੀਮ ਦੌਂ ਕੋਈ ਨਾ ਕਾਫੀ ਹਾਈ ਲੈਵਲ 'ਚ ਅੱਗ ਲੱਗੀ ਇੱਥੇ, ਬਾਜ਼ਾਰ ਤੰਗ ਹੈ। ਉਹਨਾਂ ਨੂੰ ਹਾਈਵੇਡ ਨੂੰ ਆਉਣ 'ਚ ਕਾਫੀ ਪ੍ਰੋਬਲਮ ਆ ਰਹੀ ਹੈ, ਟ੍ਰਿਪਲ ਸਟੋਰੀ ਹੈ ਅਤੇ ਸਾਰਾ ਹੀ ਨਾ ਭਰਿਆ ਪਿਆ ਨਾਲ ਹੀ ਕੰਬਲਾਂ ਵਗੈਰਾ ਦੇ ਨਾਲ। ਹੁਣ ਅੱਗ ਲੱਗੇ ਤਾਂ ਬਾਅਦ 'ਚ ਪਤਾ ਲੱਗੇਗਾ, ਫਿਲਹਾਲ ਤਾਂ ਕੰਟਰੋਲ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਹੋ ਹੀ ਗਈ ਲਗਭਗ। ਬਾਕੀ ਬਾਅਦ 'ਚ ਪਤਾ ਲੱਗੇ ਕੰਮ ਕੀ ਹੈ ਅੱਗ ਲੱਗੇ ਦਾ।